ਮਾਲਵਾ ਬਿਡਲੀ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰੇ ਹੀ ਛੋਟੇ ਵੱਡੇ ਭੈਣ ਭਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਇਸ ਕਰਕੇ ਇੰਪੋਰਟੈਂਟ ਬਣ ਜਾਂਦੀ ਹੈ, ਖਾਸ ਕਰ ਉਹਨਾਂ ਕੈਂਡੀਡੇਟਸ ਲਈ ਜਿਨ੍ਹਾਂ ਨੇ ਪੰਜਾਬ ਪੁਲਿਸ ਕਾਂਸਟੇਬਲ ਦੀ ਜਿਹੜੀ 1746 ਵੈਕੈਂਸੀਜ਼ ਆ ਰਹੀ ਨੇ ਉਹਨਾਂ ਦੇ ਵਿੱਚ ਫਾਰਮ ਭਰਨੇ ਨੇ। ਸੋ ਫਾਰਮ ਭਰਨ ਦੌਰਾਨ ਤੁਹਾਨੂੰ ਕੁਝ ਇੰਸਟਰਕਸ਼ਨਸ ਜਿਹੜੀਆਂ ਹੈਗੀਆਂ, ਇੰਪੋਰਟੈਂਟ ਚੀਜ਼ਾਂ ਜਿਹੜੀਆਂ ਹੈਗੀਆਂ, ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਤੁਹਾਨੂੰ ਦਿੱਤੀਆਂ ਗਈਆਂ ਨੇ। ਸੋ ਜਿਸ ਕਰਕੇ ਬਹੁਤ ਸਾਰੇ ਕੈਂਡੀਡੇਟਸ ਇਹਨੂੰ ਅਣਗਹਿਲਾ ਕਰ ਦਿੰਦੇ ਨੇ, ਉਸ ਕਰਕੇ ਉਹਨਾਂ ਨੂੰ ਭੈਣ ਭਰਾਵਾਂ ਨੂੰ ਪ੍ਰੋਬਲਮ ਵੀ ਆਉਂਦੀ ਹੈ। ਸੋ ਮੇਰੇ ਭੈਣ ਭਰਾਵਾਂ ਨੂੰ ਬੇਨਤੀ ਹੈ, ਦਿਮਾਗ ਅਤੇ ਕੰਨ ਖੋਲ੍ਹ ਕੇ ਇਹਨਾਂ ਇੰਸਟਰਕਸ਼ਨਸ ਨੂੰ ਸਮਝ ਲਵੋ ਅਤੇ ਉਸ ਤੋਂ ਬਾਅਦ ਆਪਣੀ ਫਾਰਮ ਅਪਲਾਈ ਕਰਕੇ ਆਪਣੀ ਤਿਆਰੀ ਸ਼ੁਰੂ ਕਰ ਦਿਓ, ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ, ਇੱਕ ਇੱਕ ਚੀਜ਼ ਤੁਹਾਡੇ ਲਈ ਇੰਪੋਰਟੈਂਟ ਹੈ। ਸਾਰੇ ਹੀ ਭੈਣ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਿਓ, ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਆਂਢੀ ਗੁਆਂਢੀਆਂ ਤੱਕ, ਤਾਂ ਕਿ ਉਹਨਾਂ ਭੈਣ ਭਰਾਵਾਂ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ, ਤਾਂ ਜੋ ਐਡਵਾਂਸ ਦੇ ਵਿੱਚ ਉਸਦਾ ਹੱਲ ਕਰ ਸਕਣ ਭਰਤੀ ਦੇ ਆਉਣ ਤੋਂ ਪਹਿਲਾਂ ਪਹਿਲਾਂ। ਹਜੇ ਆਪਣੇ ਕੋਲ 12 ਜਾਂ 10 ਦਿਨ ਹੈਗੇ ਆ ਜਿਸ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਹੱਲ ਕਰ ਸਕਦੇ ਹੋ। ਸੋ ਵੀਡੀਓ ਦੀ ਕਰਦੇ ਹਾਂ ਆਪਾਂ ਸ਼ੁਰੂਆਤ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਡਾਕੂਮੈਂਟਸ ਦੀ ਜਿਹੜੇ ਕਿ ਤੁਹਾਡੇ ਦੋ ਜਗ੍ਹਾ ਤੇ ਕੰਮ ਆਣੇ ਆ। ਇੱਕ ਤਾਂ ਤੁਹਾਡੇ ਫਾਰਮ ਭਰਨ ਵੇਲੇ ਜਦੋਂ ਤੁਸੀਂ ਅਪਲੋਡ ਕਰੋਗੇ ਡਿਪਾਰਟਮੈਂਟ ਕੋਲ ਤੁਹਾਡਾ ਸਾਰਾ ਜਿਹੜਾ ਕ੍ਰਾਈਟੀਰੀਆ ਪਹੁੰਚੇਗਾ। ਦੂਸਰਾ ਹੈਗਾ ਤੁਹਾਡਾ ਜਦੋਂ ਡਾਕੂਮੈਂਟ ਸਕਰੀਨਿੰਗ ਹੋਊਗੀ ਪੇਪਰਾਂ ਤੋਂ ਬਾਅਦ, ਤੇ ਉਸ ਦੇ ਦੌਰਾਨ ਤੁਹਾਡੇ ਇਹ ਡਾਕੂਮੈਂਟਸ ਤੁਹਾਨੂੰ ਦਿਖਾਣੇ ਪੈਣੇ ਆ ਲਾਈਵ ਆਪਣੇ ਆਫੀਸ਼ੀਅਲਸ ਨੂੰ। ਸੋ ਸਭ ਤੋਂ ਪਹਿਲਾਂ ਤੁਹਾਡੇ ਕੋਲ ਡਾਕੂਮੈਂਟ ਹੋਣਾ ਚਾਹੀਦਾ 10ਵੀਂ ਦਾ, ਜਿਹੜਾ ਕਿ ਤੁਹਾਡਾ ਐਜ਼ ਅ ਬਰਥ ਸਰਟੀਫਿਕੇਟ ਕੰਮ ਆਊਗਾ, ਕਿਉਂਕਿ 10ਵੀਂ ਦੇ ਸਰਟੀਫਿਕੇਟ ਤੇ ਤੁਹਾਡੀ ਬਰਥਡੇ ਡੇਟ ਸਹੀ ਲਿਖੀ ਹੁੰਦੀ ਹੈ, ਜਿਹੜੀ ਕਿ ਬੋਰਡ ਵੱਲੋਂ ਆਲਰੇਡੀ ਕਹਿਣ ਦਾ ਭਾਵ ਵੈਰੀਫਾਈਡ ਹੁੰਦੀ ਹੈ। ਦੂਸਰੀ ਗੱਲ ਹੈ 10th+2 ਜਿਹੜੇ ਹੈਗੇ ਆ ਉਹ ਜਿਹੜੇ ਵੀ ਤੁਸੀਂ ਬੋਰਡ ਰਾਹੀਂ ਕੀਤੀ ਹੈ, ਐਜੂਕੇਸ਼ਨ ਬੋਰਡ ਰਾਹੀਂ, ਉਸਦਾ ਜਿਹੜਾ ਪਰੂਫ ਹੈਗਾ ਤੁਹਾਡੇ ਕੋਲ 10th+2 ਦੋਵੇਂ ਸਰਟੀਫਿਕੇਟ ਹੋਣੇ ਚਾਹੀਦੇ ਆ, ਜਿਹੜੇ ਕਿ ਇੱਕ ਵਧੀਆ ਮਤਲਬ ਕਿ ਬੋਰਡ ਤੋਂ ਕੀਤੇ ਹੋਣੇ ਚਾਹੀਦੇ ਆ, ਠੀਕ ਹੈ, ਕਿਸੇ ਵੀ ਸਟੇਟ ਨੂੰ ਤੁਸੀਂ ਬਿਲੋਂਗ ਕਰਦੇ ਹੋ। ਤੀਸਰੇ ਸਰਟੀਫਿਕੇਟ ਨੂੰ ਧਿਆਨ ਨਾਲ ਸੁਣਿਓ ਜੀ, ਤੁਹਾਡਾ 1 ਜਨਵਰੀ 2024 ਤੋਂ ਪਹਿਲਾਂ ਪਹਿਲਾਂ ਪੰਜਾਬੀ ਜਿਹੜੀ ਹੈਗੀ ਹੈ 10ਵੀਂ ਦੇ ਵਿੱਚ ਕੀਤੀ ਹੋਣੀ ਚਾਹੀਦੀ ਹੈ। ਚਾਹੇ ਕਿਸੇ ਵੀ ਬੋਰਡ ਤੋਂ ਤੁਸੀਂ ਬਿਲੋਂਗ ਕਰਦੇ ਹੋ, ਕਿਸੇ ਵੀ ਸਟੇਟ ਤੋਂ ਬਿਲੋਂਗ ਕਰਦੇ ਹੋ, ਤੁਹਾਡੀ 10ਵੀਂ ਦੇ ਵਿੱਚ ਪੰਜਾਬੀ ਸਬਜੈਕਟ ਦਾ ਜਿਹੜਾ ਸਰਟੀਫਿਕੇਟ ਤੁਹਾਡੇ ਹੱਥੀ ਹੋਣਾ ਚਾਹੀਦਾ। ਮਤਲਬ ਜੇਕਰ ਤੁਸੀਂ ਪੰਜਾਬ ਬੋਰਡ ਤੋਂ ਕੀਤੀ, ਆਲਰੇਡੀ ਮੈਂਸ਼ਨ ਹੀ ਹੁੰਦਾ ਉਹਨਾਂ ਦੇ ਸਰਟੀਫਿਕੇਟ ਵਿੱਚ ਤੁਸੀਂ ਪੰਜਾਬੀ ਸਬਜੈਕਟ ਦਾ ਪੇਪਰ ਦਿੱਤਾ, ਬਟ ਜੇ ਕਿਸੇ ਹੋਰ ਬੋਰਡ ਨੂੰ ਬਿਲੋਂਗ ਕਰਦੇ ਹੋ ਤਾਂ ਪਲੀਜ਼ ਇਹ ਸਰਟੀਫਿਕੇਟ ਨੂੰ ਬਣਵਾ ਲਵੋ, ਕਹਿਣ ਦਾ ਪੇਪਰ ਦੇ ਕੇ ਪੰਜਾਬੀ ਦਾ ਤੁਸੀਂ ਇਹ ਸਰਟੀਫਿਕੇਟ ਬਣਵਾ ਸਕਦੇ ਹੋ ਕਿਸੇ ਵੀ ਗੌਰਮੈਂਟ ਸਕੂਲ ਕੋਲੋਂ, ਠੀਕ ਹੈ। ਅਗਲੀ ਗੱਲ ਹੈ ਦੋਸਤੋ, ਜਿਹੜੇ ਮੇਰੀ ਭੈਣਾਂ ਹੈਗੀਆਂ ਨੇ ਜਿਵੇਂ ਕਹਿਣ ਦਾ ਭਾਵ ਉਹ ਡੋਮੀਸਾਈਲ ਜ਼ਰੂਰ ਬਣਵਾ ਲੈਣ, ਉਸਦਾ ਕਾਰਨ ਕੀ ਹੈ, ਬਹੁਤ ਸਾਰੀਆਂ ਭੈਣਾਂ ਜਿਹੜੀਆਂ ਹੈਗੀਆਂ ਉਹ ਕਈ ਵਾਰ ਹੋਰ ਕਿਸੇ ਮਤਲਬ ਕਹਿੰਦਾ ਡਿਸਟ੍ਰਿਕਟ ਤੋਂ ਵਿਆਹ ਕੇ ਇੱਥੇ ਆਉਂਦੀਆਂ ਜਾਂ ਸਟੇਟ ਤੋਂ ਵਿਆਹ ਕੇ ਇੱਥੇ ਆਉਂਦੀਆਂ ਪੰਜਾਬ ਦੇ ਵਿੱਚ, ਅਤੇ ਜਦੋਂ ਜੋਬ ਅਪਲਾਈ ਕਰਦੀਆਂ ਉਹਨਾਂ ਦਾ ਜਿਹੜਾ ਹੈਗਾ ਵੇਰਵਾ ਮੰਗਿਆ ਜਾਂਦਾ ਵੀ ਉਹ ਪੰਜਾਬ ਦੀ ਵਸਨੀਕ ਹੈਗੀਆਂ ਜਾਂ ਨਹੀਂ, ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਕੁੜੀਆਂ ਦਾ ਇਸ ਕਰਕੇ ਸਪੈਸ਼ਲੀ ਮੰਗਦੇ ਆ ਕਿਉਂਕਿ ਉਹ ਮੈਰਿਜ ਕਰਕੇ ਕਈ ਵਾਰ ਉਸ ਤੋਂ ਬਾਅਦ ਅਪਲਾਈ ਕਰਦੀਆਂ ਜੋਬਸ ਵਗੈਰਾ, ਜਾਂ ਫਿਰ ਉਸ ਤੋਂ ਪਹਿਲਾਂ ਵੀ ਕਈ ਭੈਣ ਭਰਾ ਇਹੋ ਜਿਹੇ ਹੈਗੇ ਜਿਹੜੇ ਉੱਥੋਂ ਆਉਂਦੇ ਆ ਦੂਰੋਂ ਕਿਸੇ ਸਟੇਟ ਤੋਂ ਆਉਂਦੇ, ਉਸ ਕਰਕੇ ਆਪਾਂ ਨੂੰ ਡੋਮੀਸਾਈਲ ਸਰਟੀਫਿਕੇਟ ਇੰਪੋਰਟੈਂਟ ਹੈ, ਕਿਉਂਕਿ ਪੰਜਾਬ ਦੇ ਵਸਨੀਕਾਂ ਨੂੰ ਪਹਿਲ ਦੇ ਆਧਾਰ 'ਤੇ ਰੱਖਿਆ ਜਾਊਗਾ ਗੌਰਮੈਂਟ ਭਰਤੀਆਂ ਦੇ ਵਿੱਚ, ਉਸ ਤੋਂ ਬਾਅਦ ਅਦਰ ਸਟੇਟਾਂ ਵਾਲਿਆਂ ਨੂੰ ਵੇਖਿਆ ਜਾਊਗਾ। ਅਗਲੀ ਗੱਲ ਹੈ ਦੋਸਤੋ, ਜਿਹੜੇ ਵੀ ਤੁਹਾਡੇ ਤੁਸੀਂ ਭੈਣ ਭਰਾ ਰਿਜ਼ਰਵਡ ਕੈਟੇਗਰੀ ਨੂੰ ਬਿਲੋਂਗ ਕਰਦੇ ਹੋ, ਰਿਜ਼ਰਵ ਕੈਟੇਗਰੀ ਤੋਂ ਭਾਵ SC BC OBC ਇਕਨੋਮਿਕ ਵੀਕਰ ਸੈਕਸ਼ਨ ਜਾਂ ਵਾਰਡਸ ਆਫ ਪੁਲਿਸ ਪਰਸਨ, ਇਹਨਾਂ ਕੋਲ ਸਾਰਿਆਂ ਕੋਲ ਸਰਟੀਫਿਕੇਟ ਜੇਕਰ ਹੈਗੇ ਆ ਤਾਂ ਉਹ ਅਥੋਰਿਟੀ ਜਿੱਥੋਂ ਕਰਵਾਏ ਆ ਤੁਸੀਂ ਬਣਵਾਏ ਆ, ਉਹ ਇੱਕ ਤਾਂ ਅਪਡੇਟਡ ਹੋਣੇ ਚਾਹੀਦੇ, ਇੱਕ ਉਹਨਾਂ ਦੇ ਸਾਈਨਡ ਹੋਣੇ ਚਾਹੀਦੇ, ਵੈਰੀਫਾਈਡ ਹੋਣੇ ਚਾਹੀਦੇ, ਠੀਕ ਹੈ ਜੀ। ਦੂਸਰੀ ਗੱਲ, ਜਿਹੜੇ ਮੇਰੇ ਭੈਣ ਭਰਾ ਐਕਸ ਸਰਵਿਸ ਮੈਨ ਵਜੋਂ ਜਾਣੇ ਜਾਂਦੇ ਆ ਜਾਂ ਕਿਸੇ ਨੇ ਸੈਂਟਰਲ ਜਾਂ ਸਟੇਟ ਗੌਰਮੈਂਟ ਜੋਬ ਆਲਰੇਡੀ ਕਰਕੇ ਉਸ ਤੋਂ ਬਾਅਦ ਇਸ ਭਰਤੀ ਨੂੰ ਅਪਲਾਈ ਕੀਤਾ, ਤਾਂ ਉਹਨਾਂ ਕੋਲ ਇੱਕ ਨੋ ਓਬਜੈਕਸ਼ਨ ਸਰਟੀਫਿਕੇਟ ਹੁੰਦਾ, ਉਹ ਹੈੱਡ ਆਫ ਡਿਪਾਰਟਮੈਂਟ ਵੱਲੋਂ ਲੈਣਾ ਹੁੰਦਾ ਜਿਹੜੇ ਡਿਪਾਰਟਮੈਂਟ 'ਚ ਜੋਬ ਨਿਭਾ ਕੇ ਆਏ ਆ, ਤਾਂ ਕਿ ਉਹ ਸਰਟੀਫਿਕੇਟ ਲਗਾਓਗੇ ਤਾਂ ਹੀ ਤੁਹਾਨੂੰ ਬੈਨੀਫਿਟ ਮਿਲੂਗਾ, ਤੁਹਾਡੀ ਉਸ ਅਕੋਰਡਿੰਗ ਪਰਸੈਂਟੇਜ 'ਤੇ ਤੁਹਾਨੂੰ ਸਿਲੈਕਸ਼ਨ ਦਿੱਤੀ ਜਾਵੇਗੀ। ਅੱਗੇ ਜਿਹੜੇ ਹੈਗੇ ਭੈਣ ਭਰਾ ਹੈਗੇ ਆ ਵੀ ਐਕਸ ਸਰਵਿਸਮੈਨ ਕੈਟੇਗਰੀ ਨੂੰ ਬਿਲੋਂਗ ਕਰਦੇ ਆ, ਉਹਨਾਂ ਦੇ ਰਿਲੇਟਡ ਜੋ ਵੀ ਡਾਕੂਮੈਂਟਸ ਉਹਨਾਂ ਦੀ
ਵੀ ਮਤਲਬ ਜਿੱਥੋਂ ਵੀ ਨਿਭਾ ਕੇ ਆਇਆ ਡਿਊਟੀ, ਉਹਨਾਂ ਦੀ ਜੋ ਕਾਰਵਾਈ ਬਣਦੀ ਹੈ ਪੇਪਰ ਦੇ ਵਿੱਚ ਤੋਂ ਬਾਅਦ ਜਿਹੜੀ ਹੈਗੀ ਆ, ਪਹਿਲਾਂ ਵੀ ਐਡਵਾਂਸ ਦੇ ਵਿੱਚ ਆਪਾਂ ਅਪਲੋਡ ਕਰਨੇ ਡਾਕੂਮੈਂਟਸ, ਅਤੇ ਡਾਕੂਮੈਂਟ ਸਕਰੀਨਿੰਗ ਟਾਈਮ ਵੀ ਉਹ ਚੀਜ਼ਾਂ ਦਿਖਾਉਣੀਆਂ ਜਿਹੜੀਆਂ ਕਿ ਉਹਨਾਂ ਨੂੰ ਸਪੈਸ਼ਲੀ ਤੌਰ 'ਤੇ ਮੈਸੇਜਸ ਕੀਤੇ ਜਾਣਗੇ, ਜਿਵੇਂ NOC ਹੋ ਗਿਆ ਜਾਂ ਹੋਰ ਵੀ ਕਈ ਤਰ੍ਹਾਂ ਦੇ। ਬਾਕੀ ਦੋਸਤੋ ਥੱਲੇ ਇੱਕ ਲਾਈਨ ਦਿੱਤੀ ਗਈ ਹੈ, ਜਿਹੜੇ ਡਾਕੂਮੈਂਟਸ ਤੁਸੀਂ ਅਪਲੋਡ ਕੀਤੇ ਆ ਜਦੋਂ ਫਾਰਮ ਫਿਲਿੰਗ ਕੀਤੀ ਹੈ, ਉਹਨਾਂ ਡਾਕੂਮੈਂਟਸ ਨੂੰ ਜੇਕਰ ਤੁਸੀਂ ਲਾਈਵ ਨਾ ਦਿਖਾ ਸਕੇ, ਡਾਕੂਮੈਂਟ ਸਕਰੀਨਿੰਗ ਟਾਈਮ ਤੁਹਾਡੇ ਕੋਲ ਨਾ ਹੋਏ, ਤੁਸੀਂ ਜਾਂ ਫਿਰ ਜਾਲੀ ਬਣਾਏ ਹੋਏ, ਕਿਸੇ ਵੀ ਤਰ੍ਹਾਂ ਦੀ ਇਹੋ ਜਿਹੀ ਪ੍ਰੋਬਲਮ ਆਉਂਦੀ ਹੈ ਜਾਂ ਅਪਡੇਟਡ ਨਾ ਹੋਏ, ਤਾਂ ਡੈਫੀਨੇਟਲੀ ਤੁਹਾਨੂੰ ਕਹਿੰਦਾ ਆਪਾਂ ਡਿਸਕੁਆਲੀਫਾਈ ਕਰ ਦਿੱਤਾ ਜਾਊਗਾ। ਉਸੇ ਵੇਲੇ ਤੁਸੀਂ ਪ੍ਰੋਸੈਸ 'ਚੋਂ ਬਾਹਰ ਹੋ ਜਾਓਗੇ, ਤੁਹਾਨੂੰ ਸਿਲੈਕਸ਼ਨ ਨਹੀਂ ਮਿਲਣੀ, ਮੈਰਿਟ ਲਿਸਟ ਦੇ ਵਿੱਚ ਵੀ ਤੁਹਾਡਾ ਨਾਮ ਨਹੀਂ ਆਉਣਾ, ਠੀਕ ਹੈ ਜੀ। ਸੋ ਜਿਹੜੇ ਅਪਲੋਡ ਕਰਾਂਗੇ ਉਸਦਾ ਮਤਲਬ ਇਹ ਹੁੰਦਾ ਤੁਸੀਂ ਫਾਰਮ ਅਪਲਾਈ ਕੀਤਾ, ਇਸਦਾ ਮਤਲਬ ਇਹ ਨਹੀਂ ਹੁੰਦਾ ਤੁਸੀਂ ਸਿਲੈਕਸ਼ਨ ਹੋ। ਡਾਕੂਮੈਂਟ ਸਕਰੀਨਿੰਗ ਟਾਈਮ ਜਿਹੜਾ ਹੈਗਾ ਤੁਹਾਨੂੰ ਸਾਰਾ ਚੈੱਕ ਕੀਤਾ ਜਾਊਗਾ ਵੀ ਇਹ ਬੱਚਾ ਵੈਰੀਫਾਈਡ ਹੈ ਅਤੇ ਇਹ ਬੱਚਾ ਜਿਹੜਾ ਹੈਗਾ ਬਿਲਕੁਲ ਇਹ ਅਵੇਲੇਬਲ ਹੈਗਾ ਪ੍ਰੋਸੈਸ ਲਈ, ਠੀਕ ਹੈ ਜੀ। ਸੋ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਹੈ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਸਾਰੇ ਜਿੰਨੇ ਵੀ ਡਾਕੂਮੈਂਟਸ ਹੈ ਉਹ ਅਪਡੇਟਡ ਕਰ ਲਵੋ। ਜਿਹੜੇ ਰਿਜ਼ਰਵ ਕੈਟਾਗਰੀਜ਼ ਨੂੰ ਬਿਲੋਂਗ ਕਰਦੇ ਉਹਨਾਂ ਕੋਲ ਪੁਰਾਣੇ ਸਰਟੀਫਿਕੇਟ ਵੀ ਅਵੇਲੇਬਲ ਹੋਣੇ ਚਾਹੀਦੇ ਹੈ, ਜਿਹੜੇ ਵੀ ਉਹਨਾਂ ਕੋਲ 1-2 ਸਾਲਾਂ ਦੇ ਹੋਣਗੇ, ਠੀਕ ਹੈ ਜੀ। ਕਿਉਂਕਿ ਉੱਥੋਂ ਪਰੂਫ ਹੋ ਜਾਂਦਾ ਵੀ ਇਹ ਬੱਚੇ ਨੇ ਜਾਲੀ ਸਰਟੀਫਿਕੇਟ ਨਹੀਂ ਬਣਾਇਆ, ਇਹ ਬੱਚਾ ਆਲਰੇਡੀ ਪਹਿਲਾਂ ਹੀ ਕੈਟਾਗਰੀਜ਼ ਤੋਂ ਬਿਲੋਂਗ ਕਰ ਰਿਹਾ ਅਤੇ ਹਰ ਸਾਲ ਜਾਂ ਫਿਰ ਜਦੋਂ ਵੀ ਟਾਈਮ ਪੀਰੀਅਡ ਉਹਦਾ ਖਤਮ ਹੁੰਦਾ ਇਹ ਅਪਡੇਟਡ ਕਰਾ ਰਿਹਾ ਇਸ ਸਰਟੀਫਿਕੇਟ ਨੂੰ। ਬਾਕੀ ਦੋਸਤੋ ਹੋਰ ਜਿਹੜੇ ਸਰਟੀਫਿਕੇਟ ਨਹੀਂ ਮਿਲੇ ਜਿਨ੍ਹਾਂ ਨੂੰ 2024 ਦੇ ਵਿੱਚ ਜਿਨ੍ਹਾਂ ਨੇ 10th+2 ਕਰਨੀ ਹੈ ਜਾਂ ਫਿਰ 2023 ਦੇ ਵਿੱਚ ਕੀਤੀ ਸੀ, ਜਿਨ੍ਹਾਂ ਚਿਕਰ ਸਰਟੀਫਿਕੇਟ ਨਹੀਂ ਮਿਲਦੇ ਉਹਨਾਂ ਚਿਕਰ ਪਲੀਜ਼ ਅਪਲਾਈ ਨਹੀਂ ਕਰ ਸਕਦੇ ਤੁਸੀਂ। ਇਹਨਾਂ ਭੈਣ ਭਰਾਵਾਂ ਨੂੰ ਖਾਸ ਕਰਕੇ ਬੇਨਤੀ ਇਸ ਕਰਕੇ ਕੀਤੀ ਹੈ, ਮੈਨੂੰ ਬਹੁਤ ਮੈਸੇਜਸ ਆ ਰਹੇ ਸੀ ਵੀ ਸਰ 2024 ਵਾਲੇ ਭਰ ਸਕਦੇ ਆ, ਬਿਲਕੁਲ ਨਹੀਂ ਭਰ ਸਕਦੇ ਦੋਸਤੋ। ਤੁਸੀਂ ਅਗਲੇ ਸਾਲ ਲਈ ਤਿਆਰ ਰਹੋ, ਅਗਲੇ ਸਾਲ ਤੱਕ ਤੁਸੀਂ ਇੱਦਾਂ ਕਰੋ ਪੇਪਰ ਦੀ ਤਿਆਰੀ ਕਰਦੇ ਰਹੋ, ਸਿਲੇਬਸ ਤਿਆਰੀ ਕਰੋ, ਕੋਚਿੰਗ ਲਓ, ਤੁਹਾਡੇ ਕੋਲ ਵਧੀਆ ਟਾਈਮ ਹੈ, 6-7 ਮਹੀਨੇ ਤੁਹਾਨੂੰ ਐਕਸਟਰਾ ਮਿਲ ਰਹੇ ਆ, ਅਤੇ ਪੇਪਰਾਂ ਤੋਂ ਬਾਅਦ ਆਪਣੇ +2 ਤੋਂ ਬਾਅਦ ਤਿਆਰੀ ਕਰਨੀ ਸ਼ੁਰੂ ਕਰ ਦਿਓ ਤਾਂ ਕਿ ਛੋਟੀ ਉਮਰੇ ਤੁਸੀਂ ਜੋਬ ਲੱਗ ਸਕੋ। ਬਾਕੀ ਦੋਸਤੋ ਹੋਰ ਵੀ ਇੱਦਾਂ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਛੋਟੀਆਂ ਵੀਡੀਓਜ਼ ਬਣਾ ਕੇ ਮੈਂ ਸ਼ੇਅਰ ਕਰਦਾ ਰਹੂੰਗਾ ਤਾਂ ਕਿ ਸਾਰੇ ਭੈਣ ਭਰਾ ਚੰਗੀ ਤਰ੍ਹਾਂ ਇਸ ਨੂੰ ਸਮਝ ਸਕਣ, ਕਿਉਂਕਿ ਲੌਂਗ ਵੀਡੀਓ ਜੇ ਇੱਕ ਵੱਡੀ ਬਣਾਉਣਾ ਤਾਂ ਬਹੁਤ ਸਾਰੇ ਭੈਣ ਭਰਾ ਅੱਧੀ ਦੇਖ ਕੇ ਸਕਿੱਪ ਕਰ ਦਿੰਦੇ ਆ। ਸੋ ਮੇਰਾ ਮਕਸਦ ਇਹੀ ਹੈ ਵੀ ਸਾਰੇ ਭੈਣ ਭਰਾਵਾਂ ਤੱਕ ਨਿੱਕੀਆਂ ਨਿੱਕੀਆਂ ਜਾਣਕਾਰੀਆਂ ਆਪਾਂ ਪਹੁੰਚਾਉਂਦੇ ਰਹੀਏ, ਕਿਉਂਕਿ ਕੋਂਸਟੇਬਲ ਭਰਤੀ ਨੂੰ ਹਜੇ 10-15 ਦਿਨ ਪਏ ਆ ਅਤੇ ਆਲਰੇਡੀ ਉਹ ਤਿਆਰ ਰਹਿਣ, ਠੀਕ ਹੈ। ਬਾਕੀ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ, ਪਿਆਰ ਦਿਓ, ਲਾਈਕ ਕਰੋ, ਇਸ ਵੀਡੀਓ ਨੂੰ ਸ਼ੇਅਰ ਕਰਿਓ ਵਟਸਐਪ ਟੈਲੀਗ੍ਰਾਮ 'ਤੇ ਤਾਂ ਕਿ ਸਾਰੇ ਹੀ ਭੈਣ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ। ਤੁਹਾਡੇ ਜ਼ਰੀਏ ਹੀ ਆਪਾਂ ਇਹਨਾਂ ਚੀਜ਼ਾਂ ਨੂੰ ਅੱਗੇ ਪਹੁੰਚਾਉਣਾ ਹੈ। ਜੇਕਰ ਤੁਸੀਂ ਪੰਜਾਬ ਪੁਲਿਸ ਡਿਪਾਰਟਮੈਂਟ ਨੂੰ ਪਿਆਰ ਕਰਦੇ ਹੋ, ਇੱਕ ਦੂਜੇ ਦੀ ਮਦਦ ਕਰਿਆ ਕਰੋ, ਪਰਮਾਤਮਾ ਤੁਹਾਨੂੰ ਦੇਖਦਾ, ਡੈਫੀਨੇਟਲੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਤੁਹਾਡੀ ਬਾਂਹ ਫੜੂਗਾ ਜੇਕਰ ਤੁਸੀਂ ਲੋਕਾਂ ਦੀ ਪਹਿਲਾਂ ਹੈਲਪ ਕਰਦੇ ਆ ਰਹੇ ਹੋ, ਕਿਉਂਕਿ ਜੋ ਕੋਈ ਕਿਸੇ ਦਾ ਚੰਗਾ ਕਰਦਾ ਤਾਂ ਇਹ ਅਗਲੇ ਦਾ ਚੰਗਾ ਹੁੰਦਾ। ਬਾਕੀ ਦੋਸਤੋ ਹਰੇਕ ਦਾ ਆਪਣਾ ਆਪਣਾ ਦਿਮਾਗ ਹੈ, ਤੁਸੀਂ ਨੋਟਸ ਵਗੈਰਾ ਸਭ ਕੁਝ ਸ਼ੇਅਰ ਕਰਦੇ ਰਿਹਾ ਕਰੋ, ਹਰੇਕ ਨੇ ਜੇਕਰ ਪੜ੍ਹਨਾ ਨਹੀਂ ਪੜ੍ਹਨਾ ਉਸ 'ਤੇ ਡਿਪੈਂਡ ਹੈ, ਤੁਸੀਂ ਜ਼ਰੂਰ ਆਪਣੀ ਤਿਆਰੀ ਕਰਦੇ ਰਹੋ, ਠੀਕ ਹੈ ਜੀ। ਬਾਕੀ ਬੈਸਟ ਵਿਸ਼ਿਸ ਸਭ ਨੂੰ ਜਿਹੜੇ ਹੁਣ ਭੈਣ ਭਰਾ ਤਿਆਰੀਆਂ ਕਰ ਰਹੇ ਆ, ਮੈਨੂੰ ਉਮੀਦ ਹੈ ਤੁਸੀਂ ਆਉਣ ਵਾਲੇ ਸੁਪਨੇ ਆਪਣੇ ਪੂਰੇ ਕਰੋਗੇ। ਵੀਡੀਓ ਦੇਖਣ ਲਈ ਧੰਨਵਾਦ, ਅਤੇ ਮੇਰੇ ਵੱਲੋਂ ਜੈ ਹਿੰਦ।